ਸਾਧ ਸੰਗਤ ਕਿਤੇ ਵੀ ਜਾਣਾ ਹੋਵੇ ਨਾ ਘਰੋਂ ਤੁਰਨ ਤੋਂ ਪਹਿਲਾਂ ਇੱਕ ਇਹ ਕੰਮ ਜ਼ਰੂਰ ਕਰਿਓ ਸਭ ਕੰਮ ਦਿਨਾਂ ਚ ਸਫਲ ਹੋ ਜਾਣਗੇ ਗਾਰੰਟੀ ਹੈ ਜੋ ਮਨ ਚ ਸੋਚ ਕੇ ਜਾਓਗੇ ਉਹੀ ਹੋਵੇਗਾ ਸੋ ਆਪਾਂ ਕੁਝ ਇਸ ਵਿਸ਼ੇ ਤੇ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪਹਿਲਾਂ ਸਾਰੀ ਸੰਗਤ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਗੁਰੂ ਦਾ ਸ਼ੁਕਰਾਨਾ ਬਹੁਤ ਜ਼ਰੂਰੀ ਆ ਘਰੋਂ ਆਪਾਂ ਨਿਕਲੀਏ ਨਾ ਘਰੋਂ ਜਦੋਂ ਵੀ ਤੁਰਾਂਗੇ ਤੇ ਪਿਆਰਿਓ ਗੁਰੂ ਨੂੰ ਜ਼ਰੂਰ ਯਾਦ ਰੱਖਿਆ ਕਰੋ ਪਾਤਸ਼ਾਹ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਮੈਂ ਕੁਝ ਬੇਨਤੀਆਂ ਪਹਿਲਾਂ ਵੀ ਸਾਂਝੀਆਂ ਕੀਤੀਆਂ ਨੇ ਇਸ ਵਿਸ਼ੇ ਤੇ ਵੀ ਜਦੋਂ ਵੀ ਆਪਾਂ ਬਾਹਰ ਜਾਈਏ ਤਾ ਇਹ ਗੱਲ ਯਾਦ ਰੱਖਿਆ ਕਰੋ ਬਾਣੀ ਕਹਿੰਦੀ ਐ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੇ ਹੈ ਸੰਗ ਪਾਤਸ਼ਾਹ ਜੀ ਘਰ ਤੋਂ ਬਾਹਰ ਵੀ ਤੇ ਅੰਦਰ ਵੀ ਹੁਣ ਅੰਦਰਲਾ ਘਰ ਮਨ ਲਾ ਲਓ ਕਿ ਸਤਿਗੁਰੂ ਮਨ ਦੇ ਅੰਦਰ ਵੀ ਤੇਰਾ ਹੀ ਪਰਵਾਸਾ ਹੋਵੇ ਤੂੰ ਹੀ ਅੰਦਰ ਵਸਿਆ ਹੋਵੇਂ ਤੂੰ ਮੇਰੇ ਸੰਗ ਹੋਵੇਂ ਮੇਰੇ ਸਹਾਈ ਹੋਵੇਂ ਮੈਨੂੰ ਇਹ ਇਹੋ ਹੀ ਫੀਲ ਹੋਈ ਜਾਵੇ ਤੂੰ ਮੇਰੇ ਕੋਲ ਐ ਤੂੰ ਮੇਰੇ ਕੋਲ ਐ ਤੇ ਆਪਾਂ ਫੀਲ ਕਰਾਈਏ ਮਨ ਨੂੰ ਜਦੋਂ ਘਰ ਤੋਂ ਬਾਹਰ ਜਾਈਏ ਤੇ ਸਤਿਗੁਰੂ ਨੂੰ ਯਾਦ ਕਰਕੇ ਜਾਈਏ ਪਾਤਸ਼ਾ ਅੰਗ ਸੰਗ ਸਹਾਈ ਹੋਇਓ ਘਰੇ ਆਈਏ ਤੇ ਸਤਿਗੁਰੂ ਜੀ ਅੰਗ ਸੰਗ ਸਹਾਈ ਰਹਿਓ ਤੇ ਵਿਸਰਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉਏ ਹੋ ਇਹਨਾਂ ਪੰਕਤੀਆਂ ਦੇ ਭਾਵ ਸਮਝਿਆ ਜੀ ਵੀ ਸਤਿਗੁਰੂ ਤੁਸੀਂ ਮੇਰੇ ਨਾਲ ਨਾਲ ਰਿਹਾ ਜੀ ਸਤਿਗੁਰੂ ਮੈਨੂੰ ਚਾਹ ਰਵੇ ਯਾਦ ਕਰਨ ਦਾ ਪ੍ਰਸ਼ਾਦਾਸ਼ਕਾਂ ਯਾਦ ਕਰਾਂ ਸ਼ੱਕੇ ਹਟਾਂ ਤੇਰਾ ਸ਼ੁਕਰਾਨਾ ਕਰਾਂ ਕਿਤੇ ਜਾਵਾਂ ਤੈਨੂੰ ਯਾਦ ਕਰਾਂ ਘਰੇ ਆਵਾਂ ਤੇਰਾ ਸ਼ੁਕਰਾਨਾ ਕਰਾਂ ਤੇ ਮਾਰਗ ਚਲਤ ਹਰੇ ਹਰ ਗਾਈਏ ਕਿਤੇ ਜਾਵਾਂ ਮੈਂ ਤੈਨੂੰ ਯਾਦ ਕਰੀ ਜਾਵਾਂ ਗੁਰੂ ਘਰ ਆਵੇ ਤੇਰੀ ਯਾਦ ਆਜੇ ਵੀ ਮੇਰਾ ਵਾਹਿਗੁਰੂ ਮੇਰੇ ਨਾਲ ਹੈ ਸਤਿਗੁਰੂ ਜੀ ਤੇਰਾ ਚੇਤਾ ਮੇਰੇ ਨਾਲ ਨਾਲ ਰਵੇ ਸਤਿਗੁਰੂ ਤੇਰਾ ਜਿਹੜਾ ਪਿਆਰ ਹੈ ਨਾ ਉਹ ਮੇਰੇ ਨਾਲ ਨਾਲ ਰਵੇ ਇਦਾਂ ਦੀ ਕਿਰਪਾ ਕਰੀ ਇਦਾਂ ਦੀ ਰਹਿਮਤ ਕਰੀ ਮੇਰੇ ਤੇ ਸਤਿਗੁਰੂ ਮੈਂ ਕਦੇ ਨਾ ਭੁਲਾਵਾਂ ਮੈਂ ਕਦੇ ਨਾ ਭੁੱਲਾਂ ਕਿ ਤੂੰ ਮੇਤੋਂ ਦੂਰ ਹੈ ਤੂੰ ਮੇਰੇ ਨੇੜੇ ਆ ਤੂੰ ਬਿਲਕੁਲ ਮੇਰੇ ਨੇੜੇ ਆ ਮੇਰੇ ਕੋਲੇ ਬੈਠਾ ਮੇਰੇ ਅੰਦਰ ਆ ਮੇਰੇ ਅੰਗ ਸੰਗ ਸਹਾਇਆਂ ਮੇਰੇ ਨਾਲ ਤੇ ਸਤਿਗੁਰੂ ਜੀ ਕਿਰਪਾ ਕਰਿਓ ਮੇਰੇ ਨਾਲ ਨਾਲ ਰਹੋ ਮੈਨੂੰ ਕਦੇ ਆਪਣੀ ਸਫਲਤਾ ਦਾ ਹੰਕਾਰ ਨਾ ਹੋਵੇ ਮੈਂ ਸਫਲ ਹੋਵਾਂ ਤਾਂ ਤੁਹਾਨੂੰ ਯਾਦ ਕਰਾਂ ਵੀ ਮੇਰੇ ਗੁਰੂ ਨੇ ਮੈਨੂੰ ਇੱਡਾ ਵੱਡਾ ਕੀਤਾ ਕਿਤੇ ਮਾੜਾ ਸਮਾਂ ਆ ਜਾਏ ਮੈਂ ਯਾਦ ਕਰਾਂ ਦੁੱਖ ਭੂਖ ਸਦਮਾਰ ਇਹ ਭੇ ਦਾਤ ਤੇਰੀ ਦਾਤਾਰ ਤਾਂ ਮੈਨੂੰ ਬਚਨ ਚੇਤੇ ਆਉਣ ਪਾਤਸ਼ਾਹ ਜੀ ਮੈਂ ਕਿਤੇ ਜੇ ਫੇਲ ਵੀ ਹੋ ਜਾਵਾਂ ਤਾਂ ਤੇਰਾ ਭਾਣਾ ਕਰਕੇ ਮੰਨ ਲਾ ਮੇਰੀ ਸਥਿਤੀ ਇਹੋ ਜੀ ਬਣ ਜੇ ਮੇਰੇ ਮੇਰੇ ਮਨ ਨੂੰ ਇਹੋ ਜਾਂ ਢਾਲ ਦਿਓ ਮੇਰੇ ਮਨ ਨੂੰ ਇਹੋ ਜਾਂ ਬਣਾ ਦਿਓ ਯਾਦ ਰੱਖਿਓ ਜਦੋਂ ਆਪਾਂ ਇਹੋ ਜੀਆਂ ਚੀਜ਼ਾਂ ਦੇ ਵਿੱਚ ਢਲ ਜਾਵਾਂਗੇ ਨਾ ਆਪਾਂ ਇਹੋ ਜੇ ਬਣ ਜਾਵਾਂਗੇ ਨਾ ਤੇ ਪਿਆਰਿਓ ਫਿਰ ਯਾਦ ਰੱਖਿਓ ਮੇਰੀ ਗਾਰੰਟੀ ਹੈ ਜੀ ਸਾਡੇ ਸਾਰੇ ਕੰਮ ਬਣਨ ਲੱਗ ਜਾਣਗੇ ਕਿਸੇ ਵੀ ਕੰਮ ਨੂੰ ਕਰਨ ਜਾਵਾਂਗੇ ਜੇ ਗੁਰੂ ਦਾ ਕਿਸੇ ਵੀ ਕੰਮ ਨੂੰ ਕਰਨ ਜਾਵਾਂਗੇ ਨਾ ਜੇ ਗੁਰੂ ਦਾ ਚੇਤਾ ਵਿੱਚ ਆ ਗਿਆ ਨਾ ਪਿਆਰਿਓ ਤੇ ਯਾਦ ਰੱਖਿਓ ਕੰਮ ਨੇ ਆਪਣੇ ਬਣ ਜਾਣਾ ਜਦੋਂ ਅਸੀਂ ਪੋਜ਼ਿਟਿਵ ਸੋਚ ਰੱਖਾਂਗੇ ਵਧੀਆ ਵੀ ਪਸੋ ਆਪਾਂ ਤਾਂ ਹੁਣ ਕਰ ਦਿੰਨੇ ਆ ਕੰਮ ਹੋਊਗਾ ਮੈਨੂੰ ਗੁਰੂ ਤੇ ਭਰੋਸਾ ਹੈ ਉਹ ਕੰਮ ਆਪਣੇ ਆਪ ਬਣਦੇ ਨੇ ਕਿਸੇ ਵੀ ਕੰਮ ਨੂੰ ਹੱਥ ਪਾਉਣ ਤੋਂ ਪਹਿਲਾਂ ਵੀ ਗੁਰੂ ਨੂੰ ਚੇਤਾ ਜ਼ਰੂਰ ਕਰਿਓ ਗੁਰੂ ਨੂੰ ਯਾਦ ਕਰਿਆ ਕਰੋ ਪਿਆਰਿਓ ਤੁਹਾਡੇ ਸਾਰੇ ਕੰਮ ਗੁਰੂ ਨਿਰਾਸ਼ ਕਰਦੇ ਨੇ ਇਹ ਗੱਲ ਯਾਦ ਰੱਖੋ ਵੀ ਸਤਗੁਰੂ ਬੁਰਾ ਮੇਤੋ ਕਿਸੇ ਦਾ ਨਾ ਹੋਵੇ ਬਸ ਇਹਨਾਂ ਕੋ ਮੈਨੂੰ ਮਤ ਦੇ ਕੇ ਰੱਖਿਓ ਮੈਂ ਚੰਗਾ ਹੀ ਚੰਗਾ ਸੋਚਾਂ ਤੇ ਹਰ ਇੱਕ ਦਾ ਚੰਗਾ ਹੀ ਕਰਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰੋ ਸਾਰੇ ਕਾਰਜ ਤੁਹਾਡੇ ਬਣ ਜਾਣੇ ਆ ਪਿਆਰਿਓ ਇਹ ਗੱਲ ਯਾਦ ਰੱਖਿਆ ਕਰੋ ਕਦੇ ਨਾ ਭੁੱਲੋ ਗੁਰੂ ਨੂੰ ਚੇਤੇ ਜ਼ਰੂਰ ਰੱਖੋ ਤੇ ਗੁਰੂ ਹਰ ਵਕਤ ਮਾੜੇ ਕੰਮ ਤੋਂ ਬਰਜਦੇ ਨੇ ਚੰਗੇ ਕੰਮ ਲਈ ਸਾਨੂੰ ਐਪਰੀਸ਼ੀਏਟ ਕਰਦੇ ਨੇ ਗੁਰੂ ਦੀ ਬਾਣੀ ਨੂੰ ਪੜਿਓ ਹਰ ਵਕਤ ਤੁਹਾਨੂੰ ਇਹੋ ਹੀ ਅਰਥ ਜਿਹੜੇ ਨੇ ਸਿੱਖਣ ਨੂੰ ਮਿਲਣਗੇ ਸਤਿਗੁਰੂ ਜੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ